ਹੋਰ ਭਰਤੀ ਕਰਕੇ ਨਵਾਂ ਸਟਾਫ ਆਵੇ ਉਹ ਨਹੀਂ ਆ ਰਿਹਾ ਔਰ ਸਮਾਨ ਸਾਨੂੰ ਨਹੀਂ ਦਿੱਤਾ ਜਾ ਰਿਹਾ ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਕੱਲ੍ਹ ਤੋਂ ਹੀ ਵਰਕ ਟੂ ਰੂਲ ਹੈ ਜਿਹੜਾ ਸਰਕਾਰ ਵੱਲੋਂ ਸਾਨੂੰ ਇਜਾਜ਼ਤ ਹੈ ਓਨਾ ਹੀ ਕੰਮ ਕਰਾਂਗੇ ਵਾਧੂ ਅਸੀਂ ਕੰਮ ਨਹੀਂ ਕਰਨਾ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਹੋਊਗੀ ਉਹ ਇੱਥੋਂ ਦੀ ਮੈਨੇਜਮੈਂਟ ਦੀ ਔਰ ਪੰਜਾਬ ਸਰਕਾਰ ਦੀ ਹੋਊਗੀ ਜਿਹੜੀ ਨਾ ਸਾਨੂੰ DA ਦਿੰਦੀ ਹੈ ਔਰ ਨਾ ਸਾਨੂੰ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਸੀਂ ਇਹ ਜਿਹੜਾ ਸੰਘਰਸ਼ ਦਾ ਪ੍ਰੋਗਰਾਮ ਹੈ ਉਹਨੂੰ ਹੋਰ ਤਿੱਖਾ ਕਰਾਂਗੇ।